ਅਸਲਾਮੁਅਲੈਕਮ ਜੀ ਮਰੀਮ ਨਵਾਜ਼ ਸਾਹਿਬਾ ਦੀ ਨਵੀਂ ਵੀਡੀਓ ਵਾਇਰਲ ਹੋ ਗਈ ਜੇ ਕਿ ਜਦੋਂ ਉਹ ਪੰਜਾਬ ਵਜ਼ੀਰ ਅਲਾ ਪੰਜਾਬ ਦਾ ਹਲਫ ਲੈਣ ਵਾਸਤੇ ਪਾਰਲੀਮੈਂਟ ਵਿੱਚ ਆਉਂਦੀ ਹੈ ਉਹ ਕੀ ਸਾਰਾ ਵਾਕਿਆ ਬਣਦਾ ਸੁਣ ਲਵੋ ਫਿਰ ਨਵਾਜ਼ ਸ਼ਰੀਫ ਸਾਹਿਬ ਦੀ ਸਬਜ਼ਾਦੀ ਮਰੀਮ ਨਵਾਜ਼ ਸਾਹਿਬਾ ਅੱਲਾ ਪਾਗ ਨੇ ਬੜਾ ਉਹਨਾਂ ਨੂੰ ਜਿਹੜਾ ਨਾ ਹਸਰਾਂ ਜਮਾਲ ਦਿੱਤਾ ਹੈ ਆਰਟੀਫੀਸ਼ਲ ਤੇ ਅੱਲਾ ਉਹਨਾਂ ਨੂੰ ਸਲਾਮਤ ਰੱਖੇ ਸਾਡੀਆਂ ਉਹ ਵਜ਼ੀਰ ਅਲਾ ਪੰਜਾਬ ਅੱਜ ਬਣ ਰਹੀਆਂ ਨੇ ਅੱਜ ਹੁਣੇ ਮੈਂ ਵੇਖ ਰਿਹਾ ਤਕਰੀਰ ਚੱਲ ਰਹੀ ਸੀ ਉਹਨਾਂ ਦੀ ਸ਼ਾਇਦ ਹੁਣ ਬਣ ਗਈਆਂ ਹੋਣੀਆਂ ਨੇ ਮੁਬਾਰਕਬਾਦ ਹਾਂਜੀ ਬਹੁਤ ਸਾਰੀਆਂ ਤੁਹਾਨੂੰ ਢੇਰਾਂ ਰੱਬ ਕਰੇ ਕਿ ਬਹੁਤ ਸਾਰੇ ਚੰਗੇ ਕੰਮ ਵੀ ਕਰਿਓ ਤੁਸੀਂ ਜਦੋਂ ਉੱਥੇ ਆਉਂਦੀਆਂ ਨੇ ਨਾ ਹਲਫ ਲੈਣ ਵਾਸਤੇ وزیਰੇ ਆਲਾ ਪੰਜਾਬ ਬਣਨ ਵਾਸਤੇ ਵੇਖਿਓ ਤੁਸੀਂ ਤੇ ਗੁਜ਼ਰ ਰਹੀਆਂ ਉਹ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਕਿ ਗੁਜ਼ਰ ਰਹੀਆਂ ਨੇ ਕਿ ਜਿਸ ਕੜੀ ਨਾ ਇਹਨਾਂ ਦੀ ਆਪਣੀ ਨੂਨ ਲੀਖਦੀ ਹੈ ਇੱਕ ਰਹਿਨਮਾ ਜਿਨ੍ਹਾਂ ਨੇ ਇਹਨਾਂ ਨੂੰ ਵੋਟ ਦਿੱਤੇ ਨੇ ਇਹਨਾਂ ਨਾਲ ਇਸ਼ਕ ਕਰਦੇ ਹੋ ਲੋਕ ਉਹ ਜਦੋਂ ਆਕੇ ਤੋਂ ਗਲੇ ਮਿਲੀ ਤੋਂ ਮੋਢੇ ਤੇਵੇਂ ਹੱਥ ਰਿਆ ਉਹਨੇ ਇਹ ਹੁੰਦਾ ਹੈ ਨਾ ਆਪਣੇ ਲੀਡਰ ਦੇ ਪਿਆਰ ਮੁਹੱਬਤ ਨਾਲ ਜਨਾਬਿਲ ਕਰਨਾ ਹੈ ਉਹਨੇ ਕੀ ਕੀਤਾ ਕਿ ਮਰੀਮ ਨਵਾਜ਼ ਨੇ ਅਸਾਂ ਹੱਥ ਫੜਿਆ ਝਟਕ ਦਿੱਤਾ ਉਹਦਾ ਪਰਾਂਸ ਕਰ ਦਿੱਤਾ ਮਨ ਕੇ ਜਾ ਕੰਮ ਕਰ ਤੁਹਾਡੀ ਔਕਾਤ ਸਾਡੇ ਗੱਲ ਲੱਗਣ ਦੀ ਨਹੀਂ ਅਸੀਂ ਕਿੱਥੇ ਸਮਾਨ ਤੇ ਤੁਸੀਂ ਜ਼ਮੀਨ ਅਸਲ ਵਿੱਚ ਇਹਨਾਂ ਲੋਕਾਂ ਨੂੰ ਇਹਨਾਂ ਨੇ ਔਕਾਤ ਦਸੀ ਹੈ ਕਿ ਤੁਸੀਂ ਇੰਨੇ ਕੁ ਪਾਣੀ ਵਿੱਚ ਬਸ ਸਾਨੂੰ ਵੋਟ ਛੋਟ ਦਿਆ ਕਰੋ ਤੁਸੀਂ ਸਾਡੇ ਲੱਗੇ ਲੱਗਨਦੇ ਤੁਸੀਂ ਕਾਬਿਲ ਹਨ ਅੱਛਾ ਇਹ ਪਹਿਲਾ ਦਿਨ ਸੀ ਅੱਜ ਮਰੀਮ ਨਵਾਜ਼ ਸਾਹਿਬਾ ਦਾ ਪਹਿਲਾ ਦਿਹਾੜ ਅੱਜ ਜੀ ਕਿ ਵਜ਼ੀਰ ਆਲਾ ਪੰਜਾਬ ਬਣਣ ਅਜੇ ਬਣੀਆਂ ਨਹੀਂ ਸਨ ਜੇ ਬਣਨ ਵਾਸਤੇ ਜਾ ਰਹੀਆਂ ਸਨ ਤੇ ਇੰਨਾ غرور تکبر ਵੇਖੋ ਤੇ ਜਿਸ ਦਿਨ ਬਣ ਗਈਆਂ ਯਾ ਚਾਚੀ ਬਲਕੇ ਬਣ ਜਾਣਾ ਤੇ ਅੱਗੋਂ ਅੱਲਾ ਸਾਡੀ ਖੈਰ ਕਰੇ ਬਸ ਇਹ ਵੱਡਿਆਂ ਲੋਕਾਂ ਦਾ ਇਹ ਹਾਲ ਜਿਹੜੇ ਆਪਣੇ ਨਹੀਂ ਉਹਨਾਂ ਦੇ ਖਾਸ ਕਾਰੇ ਖਾਸ ਜਿਹੜੇ ਇਹਦੇ ਸਾਡੇ ਵਰਗੇ ਗਰੀਬ ਗੁਰਬਾ ਲੋਕ ਨੇ ਇਹਨਾਂ ਲੋਕਾਂ ਦਾ ਕੀ ਬਣੇਗਾ ਇਹ ਤੇ ਰਾਬੀ ਵਾਰਾ ਸੇ ਫੇ ਵੇਖਣੀ ਏ ਵੀਡੀਓ ਆ ਥੋੜੀ ਸਾਰੀ ਜਰਾ ਚਲਕੀ ਮੁਲਾਜ਼ਾ ਫਰਮਾਓ ਜੀ ਵਸੋਣਿਆ ਜੀ ਹੈ ਸੋ ਕਰ ਲੋ ਗੱਲ ਇਹਨਾਂ ਵਾਲੀ ਸਮਝ ਆ ਜਾਣੀ ਚਾਹੀਦੀ ਤੁਹਾਨੂੰ ਬਲਕਿ ਇਹਨਾਂ ਖੁਦ ਲੋਕਾਂ ਨੂੰ ਯਾਰ ਖਿਆਲ ਕਰਨਾ ਚਾਹੀਦਾ ਕਿ ਪਹਿਲਾਂ ਤੇ ਹਾਲੀ ਤੇ ਅਸੀਂ ਆਪਣਾ ਅਸਲ ਚਿਹਰਾ ਇਹਨਾਂ ਲੋਕਾਂ ਨੂੰ ਵਿਖਾਣ ਰਹੇ ਹਾਂ ਅਸੀਂ ਇਹ ਚੀਜ਼ਾਂ ਵੇਖਣ ਤੋਂ ਬਾਅਦ ਕਿਹੜਾ ਬੰਦਾ ਜਿਹੜਾ ਇਹਨਾਂ ਨੂੰ ਜਨਾਬ ਅਲੀ ਬੜੇ ਸੋਹਣੇ ਲਫ਼ਜ਼ਾਂ ਨਾਲ ਯਾਦ ਕਰੇਗਾ ਤੇ ਸਲਾਮਾ ਕਰੇਗਾ ਬਲਕਿ ਸਲਾਮਾ ਕਰਨ ਵਾਲਿਆਂ ਦਾ ਇਹ ਹਾਲ ਹੈ ਬਸ ਸਾਡਾ ਤਾਂ ਫਿਰ ਰਾਬੀ ਵਾਰਸ ਹੋਣਾ ਹੈ ਅੱਲਾ ਖੈਰ ਕਰੇ ਵਜ਼ੀਰੇ ਆਲਾ ਅੱਜ ਬਣ ਗਈਆਂ ਨੇ ਪੰਜਾਬ ਦੀਆਂ ਵੇਖੋ ਹੁਣ ਸਾਡੇ ਤੇ ਕੀ ਵਰਤਦੀ ਹੈ